ਅੱਜ ਮੈਂ ਤੁਹਾਨੂੰ ਲੈ ਕੇ ਆਇਆ ਪਿੰਡ ਫੇਰੂਰਾਇਂ ਪਿੰਡ ਫੇਰੂਰਾਇਂ ਬਿਲਕੁਲ ਠੂਰ ਪਿੰਡ ਦੇ ਜਿਸ ਤੋਂ ਦਾ ਏਕਮ ਹੋਇਆ ਉਹਦੇ ਬਿਲਕੁਲ ਨਾਲ ਬਰਨਾਲੇ ਵਾਲੇ ਪਾਸੇ ਨੂੰ ਪਿੰਡ ਫੇਰੂਰਾਇਂ ਪੈ ਜਾਂਦਾ ਪਿੰਡ ਫੇਰੂਰਾਇਂ ਦੇ ਵਿੱਚ ਘੋੜਾ ਹਮਤ ਹਮਤ ਘੋੜਾ ਪਸ਼ਪਿੰਦਰ ਹੋਣਾ ਦਾ ਘੋੜਾ ਬਹੁਤ ਹੀ ਕਮਾਲ ਦਾ ਘੋੜਾ ਤੇ ਇਸ ਦੇ ਵਿੱਚ ਇੱਕ ਕਮਾਲ ਬਹੁਤ ਬਖਰੀ ਆ ਉਹ ਇਹ ਆ ਕਿ ਇਹ ਕੋੜਾ ਹੈਗਾ ਜੀ ਜੈਡ ਬਲੈਕ ਬਿਲਕੁਲ ਜੈਡ ਬਲੈਕ ਕੋੜਾ ਜਿਵੇਂ ਆਪਾਂ ਨੁਕਰਿਆਂ ਦੇ ਵਿੱਚ ਕਹਿੰਦੇ ਨੇ ਉਹਨਾਂ ਨੂੰ ਸਪੌਟਲੈਸ ਨੁਕਰਾਂ ਉਸੇ ਤਰ੍ਹਾਂ ਇਹ ਸਪੌਟਲੈਸ ਕਾਲਾ ਕੋੜਾ ਹੈ ਇਹਦੇ ਵਿੱਚ ਕਿਸੇ ਵੀ ਥਾਂ ਤੇ ਵੀ ਮਤਲਬ ਕੋੜੇ ਦੇ ਉੱਪਰ ਸਪੌਟ ਹੈ ਨਹੀਂਗਾ ਚਿੱਟਾ ਸਾਰੇ ਦਾ ਸਾਰਾ ਕੋੜਾ ਕਾਲਾ ਹੈ ਤੇ ਦੂਸਰੀ ਗੱਲ ਇਹ ਖਾਨਦਾਨ ਵਾਲੇ ਪੱਖ ਤੋਂ ਵੀ ਤੁਹਾਨੂੰ ਦੱਸ ਦਿੰਨਾ ਇਸ ਕੋੜੇ ਦੀ ਕਿ ਇਹ ਘੋੜੇ ਦਾ ਜਿਹੜਾ ਖਾਨਦਾਨ ਆ ਭਰਾਵੋ ਇਹ ਰੈਂਬੋ ਦਾ ਬੱਚਾ ਹੈ ਤੇ ਰੈਂਬੋ ਸੀਗਾ ਕਿਰਲਗਾਰਡ ਵਾਲੇ ਅਲੀ ਦਾ ਬੱਚਾ ਤੇ ਮਾਂ ਵਾਲੇ ਪਾਸਿਓ ਇਹ ਨਿੰਜੇ ਮਾਨੁਕੇ ਵਾਲੇ ਕੋਲੇ ਘੋੜਾ ਸੀ ਸ਼ੇਰੂ ਅਲੀ ਸ਼ਾਨ ਲਾਈਂਦਾ ਉਹਦੀ ਧੀ ਆ ਇਹਦੀ ਮਾਂ ਇਹਦੀ ਮਾਂ ਦੀ ਖਾਸੀਅਤ ਇਹ ਆ ਕਿ ਉਹਨੇ ਤਿੰਨ ਸੂਏ ਦਿੱਤੇ ਆ ਹੁਣ ਤੱਕ ਦੋ ਤਿੰਨ ਸੂਏ ਦਿੱਤੇ ਆ ਮਤਲਬ ਜਿਸ ਤਰ੍ਹਾਂ ਦੇ ਘੋੜੇ ਤੋਂ ਮੇਟ ਹੁੰਦੀ ਆ ਘੋੜੀ ਬਿਲਕੁਲ ਉਸੇ ਤਰ੍ਹਾਂ ਦਾ ਹੀ ਬੱਚਾ ਦਿੰਦੀ ਆ ਬਿਲਕੁਲ ਪਟਿਆਲਾ ਬੱਚਾ ਵੀ ਦੇ ਦਿੰਦੀ ਆ ਆ ਘੋੜਾ ਬਿਲਕੁਲ ਜੈਡ ਬਲੈਕ ਸੀ ਇਸ ਕਰਕੇ ਇਸ ਘੋੜੇ ਤੋਂ ਉਹਨੇ ਲਗਾਤਾਰ ਦੋ ਸੂਏ ਇੱਕ ਆ ਬਸ਼ੇਰਾ ਤੇ ਦੂਜੀ ਇੱਕ ਬਸ਼ੇਰੀ ਦੋਨੇ ਬੱਚੇ ਜੈਡ ਬਲੈਕ ਦਿੱਤੇ ਬਿਲਕੁਲ ਕੋਈ ਵੀ ਜਗ੍ਹਾ ਇਹ ਜਿਨੀ ਜਿੱਥੇ ਸਪਾਟ ਹੋਵੇ ਤੇ ਦੋਨੇ ਬੱਚੇ ਜਿਹੜੇ ਲਗਾਤਾਰ ਦੋ ਸੂਆਂ ਦੇ ਬੱਚੇ ਆ ਉਹ ਬਾਈ ਹੁਣਾ ਦੇ ਪਸ਼ਪਿੰਦਰ ਹੁਣਾ ਦੇ ਘਰੇ ਹੀ ਆ ਇਹ ਘੋੜੇ ਦਾ ਨਾਮ ਬਾਈ ਹੁਣਾ ਨੇ ਰੱਖਿਆ ਜੀ ਹਿੰਮਤ ਇਹ ਘੋੜੇ ਦਾ ਕੱਦਾ ਜਿਹੜਾ ਉਹ 64 ਇੰਚ ਬਾਈ ਹੁਣੀ ਦੱਸਦੇ ਆ ਕਿ 64 ਇੰਚ ਕੱਦ ਦਾ ਘੋੜੇ ਦਾ ਤੇ ਨਾਲ ਦੀ ਨਾਲ ਮੈਂ ਇੱਕ ਗੱਲ ਹੋਰ ਦੱਸ ਦਿੰਨਾ ਕਿ ਘੋੜਾ ਹਜੇ ਦੋ ਦੰਦ ਹੋਇਆ ਹੀ ਆ ਹਜੇ ਇਹਨੇ ਕਾਫੀ ਵੱਡਾ ਹੋਣਾ ਹੈ ਘੋੜੇ ਨੇ ਹਜੇ ਇਹਦੀ ਉਮਰ ਆਪਾ ਇਹ ਕਹਿ ਸਕਦੇ ਕਿ ਹਜੇ ਇਹਨੇ ਦੋ ਦੋ ਦੇ ਦੰਦ ਸਿੱਟੇ ਹੀ ਆ ਤੇ ਘੋੜੇ ਨੂੰ ਬੈਠਣ ਦਾ ਨਾ ਸਵਾਰੀ ਆ ਜਿਹੜੀ ਕਰਦੇ ਆ ਮੁੰਡੇ ਇਹਨਾਂ ਨੇ ਕਿਸੇ ਤੋਂ ਨਹੀਂ ਤਰਵਾਇਆ ਇਹ ਘੋੜਾ ਇਹਨਾਂ ਨੇ ਇਹ ਆਪ ਹੀ ਤੋੜ ਲਿਆ ਇਸ ਵਕਤ ਤੇ ਰੇਵੀਆ ਵੀ ਬਹੁਤ ਚੰਗਾ ਤੋਰਦਾ ਬਹੁਤ ਚੰਗਾ ਮੈਂ ਤਾਂ ਮੁੰਡਿਆਂ ਨੂੰ ਕਹਿ ਕੇ ਆਇਆ ਸੀ ਮੈਂ ਕਹਾਂ ਯਾਰ ਜੇਕਰ ਤੁਸੀਂ ਰੇਵਗੇ ਦਾ ਮਾੜਾ ਜਾਈ ਇਹਦੀ ਮਿਹਨਤ ਕਰਾਉਣ ਲੱਗ ਜਾਓ ਪੱਤਰਾ 20 ਦਿਨ ਤੇ ਇਹਨੇ ਰੇਵਗੇ ਦੇ ਵਿੱਚ ਵਖਤ ਪਾ ਦਿਆ ਕਰਨਾ ਘੋੜੇ ਨੇ ਇੰਨਾ ਚੰਗਾ ਰੇਬੀਆ ਤੁਰਿਆ ਕਰੂਗਾ ਕਿਉਂਕਿ ਆਮ ਤੌਰ ਤੇ ਜਿਹੜੇ ਰੇਬੀਏ ਦੇ ਵਿੱਚ ਤੁਰਦੇ ਆ ਘੋੜੇ ਉਹ ਮਤਲਬ ਉਹ ਛੋਟੇ ਕੱਦਾਂ ਦੇ ਹੁੰਦੇ ਆ ਸਾਾਬ ਦੇ ਕੱਦ ਦੇ ਘੋੜੇ ਹੁੰਦੇ ਆ ਦਰਮਿਆਨੇ ਹੁੰਦੇ ਆ 58 57 ਇੰਚ ਵਾਲੇ ਘੋੜੇ ਜ਼ਿਆਦਾ ਤੁਰਦੇ ਆ ਤੇ ਕੁਦਰਤੀ ਗੱਲ ਆ ਵੀ ਉਹਨਾਂ ਨਾਲੋਂ ਜੇ ਤਾਂ ਕੱਦ ਵੱਡਾ ਹੈ ਤਾਂ ਫਿਰ ਇਹਦੀ ਲਾਂਗ ਵੀ ਵੱਡੀ ਹੋਊਗੀ ਜੇ ਮੈਂ ਮਤਲਬ ਇਹ ਗਿੱੜਦਾ ਪਹਿਰਾਂ ਲਵਾਂ ਤੇ ਉਸ ਹਾਵ ਨਾਲ ਇਹ ਰੇਵੀਆ ਵੀ ਬਹੁਤ ਚੰਗਾ ਤੁਰ ਸਕਦਾ ਆਉਣ ਵਾਲੇ ਸਮੇਂ 'ਚ ਬਾਕੀ ਮੁੰਡੇ ਤਾਂ ਵੀ ਫਿਰ ਸਾਰਾ ਕੁਛ ਹੀ ਕਰਦੇ ਹੁੰਦੇ ਆ ਤੁਹਾਨੂੰ ਪਤਾ ਬਸ ਪਾਟਾ ਦੌੜ ਵੀ ਭਜਾਉਂਦੇ ਆ ਰੇਵੀਆ ਵੀ ਤੋਰਦੇ ਆ ਉੱਠਦੀ ਉੱਠਦੀ ਉਮਰ ਹੀ ਇਹੋ ਜੀ ਹੁੰਦੀ ਆ ਤੇ ਖੈਰ ਕੱਲਾ ਮੁੰਡਿਆਂ ਦੇ ਸਿਰ ਤੇ ਨਹੀਂ ਸ਼ੌਂਕ ਮੁੰਡਿਆਂ ਦਾ ਬਾਪੂ ਵੀ ਬਾਲਾ ਸ਼ਕੀਨ ਆ। ਬਾਈ ਹੁਣੀ ਦੱਸਦੇ ਆ ਕਹਿੰਦੇ ਨਿਆਣਾ ਜਿਹਾ ਸੀ ਪਸ਼ਪਿੰਦਰ 7-8 ਸਾਲ ਦਾ ਤੇ ਕਹਿੰਦੇ ਮੈਂ ਘੋੜੀ ਤੇ ਬਿਠਾ ਦੇਣਾ ਖੇਤ ਤੇ ਉਸੇ ਕਿਤੇ ਘੋੜੀ ਨੇ ਸਿੱੜਤਾ ਤੇ ਘੋੜੀ ਭੱਜਿਆ ਹੀ ਘਰੇ ਕਹਿੰਦੇ ਅਸੀਂ ਘਰੇ ਬੁੜੀਆਂ ਕੋਲੇ ਝੂਠ ਹੀ ਮਾਰਤਾ ਵੀ ਇਹ ਤਾਂ ਘੋੜੀ ਖੁੱਲ ਕੇ ਭੱਜਿਆ ਹੀ ਜਵਾਕ ਕਾਨੂੰਨੀ ਸਿੱਟਿਆ ਵੀ ਮਤਲਬ ਜਦੋਂ ਬੰਦਾ ਐ ਆਪਦੇ ਜਵਾਕਾਂ ਨੂੰ ਦਲੇਰ ਬਣਾਉਂਦਾ ਨਾ ਫਿਰ ਉਹ ਮੱਲੋਂ ਮੱਲੀ ਜਿਹੜੇ ਬੱਚੇ ਆ ਦਲੇਰ ਹੋ ਜਾਂਦੇ ਆ ਅੱਜ ਆਪਾਂ ਬਾਈ ਹੁਣਾ ਦੇ ਘਰੇ ਗੱਲ ਕਰੀਏ ਨਾ ਅੱਜ ਬਾਈ ਹੁਣਾ ਦੇ ਘਰੇ ਪੂਰੇ ਚੰਗੇ ਘੋੜਿਆਂ ਦੇ ਸਵਾਰ 6-7 ਸਵਾਰ ਬਣੇ ਪਏ ਆ ਆਪਾਂ ਨਾ ਜਿਵੇਂ ਕਹਿੰਦੇ ਨੇ ਪ੍ਰਿੰਡਾਂ ਵਾਲੀ ਖੱਖਰ ਨੂੰ ਕਿਸੇ ਨੇ ਪੁੱਛਿਆ ਸੀਗਾ ਵੀ ਤੁਹਾਡਾ ਨੰਬਰਦਾਰ ਕਹੋ ਆ ਉਹੋ ਪੋਜੀਸ਼ਨ ਹੀ ਆ ਮੈਂ ਤੁਹਾਡੀ ਇੰਟਰਵਿਊ ਦੇ ਵਿੱਚ ਗੱਲ ਕਰਾਉਂਗਾ ਜਿੰਨਿਆਂ ਨਾਲ ਵੀ ਜਿੰਨੂੰ ਪੁੱਛਦੇ ਸੀਗੇ ਸਾਰਾ ਇੱਕ ਤੋਂ ਇੱਕ ਸਾਰੇ ਜਾਣੇ ਚੜਦੇ ਸੀਗੇ ਤੇ ਹੁਣ ਮੈਂ ਫਿਰ ਬੇਨਤੀ ਕਰਦਾ ਕਿ ਇਸ ਘੋੜੇ ਦੀ ਇਹਨਾਂ ਨੇ ਬਾਈ ਹੁਣਾਂ ਨੇ ਸਟੱਡ ਸਰਵਿਸ ਆ ਜਿਹੜੀ ਉਹ ਵੀ ਓਪਨ ਕਰਦੀ ਆ ਇਸ ਘੋੜੇ ਦੀ ਸਟੱਡ ਸਰਵਿਸ ਓਪਨ ਫੇਰੂ ਰਾਈ ਵਾਲੇ ਪਸ਼ਪਿੰਦਰ ਦਾ ਤੁਹਾਨੂੰ ਨੰਬਰ ਦੇ ਰਿਆਂ ਜੇ ਕਿਸੇ ਵੀ ਬੰਦੇ ਨੂੰ ਚਾਹੀਦੀ ਹੋਈ ਇਸ ਘੋੜੇ ਤੋਂ ਸਟੱਡ ਸਰਵਿਸ ਤਾਂ ਤੁਸੀਂ ਲੈ ਸਕਦੇ ਆ ਕਿਰਲਗੜ੍ਹ ਵਾਲੇ ਅਲੀ ਦਾ ਪੋਤਰਾ ਰੈਂਬੋ ਦਾ ਪੋਤਾ ਤੇ ਸ਼ੇਰੂ ਘੋੜੇ ਦਾ ਮਾਨੁਕਿਆਂ ਵਾਲੇ ਦਾ ਦੋਤਰਾ ਇੱਕ ਬਾਈ ਹੁਣਾ ਕੋਲੇ ਆ ਫੋਰ ਟਰੈਕਟਰ ਆ ਮੈਂ ਤਾਂ ਵੈਸੇ ਤਾਂ ਗਿਆ ਸੀ ਘੋੜੇ ਦੀ ਵੀਡੀਓ ਕਰਨੀ ਤੇ ਬਾਈ ਹੁਣੀ ਕਹਿੰਦੇ ਯਾਰ ਆ ਫੋਰ ਟਰੈਕਟਰ ਦੀ ਵੀ ਵੀਡੀਓ ਪਾ ਦੀ ਨਾਲ ਇਹ ਫੋਰ ਟਰੈਕਟਰ ਆ ਬਾਈ ਹੁਣਾ ਕੋਲੇ ਇਹਨਾਂ ਨੇ 96 97 ਦੇ ਵਿੱਚ ਇਹ ਨਵਾਂ ਕਢਾਇਆ ਸੀ ਤੇ ਇਹ ਬਿਲਕੁਲ オリジナル ਹੀ ਪਿਆ ਇਹ ਤੇ ਕਿਸੇ ਵੀ ਥਾਂ ਚੋਂ ਨਹੀਂ ਲੱਗਿਆ ਤੇ ਇਸ ਵਕਤ ਬਾਈ ਹੁਣੀ ਚਾਹੁੰਦੇ ਆ ਕਿ ਇਹਦਾ ਮਾਲਕੀ ਖਾਨਾ ਬਦਲ ਦਈਏ ਮਤਲਬ ਕਹਿਣ ਤੋਂ ਭਾਵ ਕਿ ਇਹਨੂੰ ਵੇਚਣਾ ਚਾਹੁੰਦੇ ਆ ਬਾਈ ਹੁਣੀ ਜੇ ਕਿਸੇ ਸੱਜਣ ਨੇ ਫੁਰ 3600 ਲੈਣਾ ਹੋਇਆ ਤੇ ਟਰੈਕਟਰ ਬਿਲਕੁਲ ਜੋ ਵੀ ਹੈਗਾ ਜਿੰਨਾ ਵੀ ਤੁਹਾਡੇ ਸਾਹਮਣੇ ਦੱਸਦਾ ਬਿਲਕੁਲ ਰੀਜਨਲ ਆ ਕਿਸੇ ਵੀ ਥਾਂ ਬੋਰਸ਼ ਨਹੀਂ ਲੱਗਿਆ ਤੇ ਕਿਸੇ ਵੀ ਥਾਂ ਕੋਈ ਟਾਂਕਾ ਪੰਨਾ ਨਹੀਂ ਲੱਗਿਆ ਜਾ ਕੇ ਦੇਖ ਸਕਦੇ ਆ ਤੁਸੀਂ